ਕਿਹਾ ਮੈਂ ਤੇ ਕਈ ਵਾਰੀ ਕਹਿਣ ਤੇ ਮਜਬੂਰ ਹੋ ਜਾਂਦਾ ਹੁੰਦਾ ਮੈਂ ਸਾਡੇ ਤਬਕੇ ਦੇ ਵਿੱਚ ਵੀ ਬੜਿਆਂ ਨੇ ਆਪਣੇ ਨਾਮ ਨਾਲ ਲਿਖਾਇਆ ਨਿਸ਼ਕਾਮ ਕੀਰਤਨੀ ਜੱਥਾ, ਕਿਸੇ ਨੇ ਲਿਖਾਇਆ ਨਿਸ਼ਕਾਮ ਕਥਾ ਵਾਚਕ। ਮੈਂ ਕਿਹਾ ਨਿਸ਼ਕਾਮ ਕੀ ਉਹ ਸ਼ਹੀਦ ਨੇ ਜਿਹਨਾਂ ਦੇ ਸਾਹਮਣੇ ਦੁਨੀਆਂ ਦੀਆਂ ਦੌੜਕਾਂ ਲੱਗ ਦਿੱਤੀਆਂ ਸੀ ਤੇ ਕਹਿ ਦਿੱਤਾ ਸੀ ਆਪਣੇ ਅਸੂਲ ਤਿਆਗ ਦਿਓ? ਉਹ ਕਹਿੰਦੇ ਨਾ ਨਾ ਨਾ, ਤੁਹਾਡੀਆਂ ਗੋਲੀਆਂ ਤੇ ਛਾਤੀਆਂ ਦੇ ਵਿੱਚ ਖਾ ਲਵਾਂਗੇ ਪਰ ਆਪਣੇ ਅਸੂਲ ਨਹੀਂ ਅਸੀਂ ਛੱਡ ਸਕਦੇ। ਹੁਣ ਅੰਦਾਜ਼ਾ ਲਾਇਆ ਜੀ ਅਸਲੀ ਨਿਸ਼ਕਾਮ ਕੌਣ ਨੇ? ਹੁਣ ਦੇਖੋ ਵੀ ਉਧਰ ਇੱਕ ਆਪਸ਼ਨ ਦਿੱਤੀ ਜਾਂਦੀ ਹੈ, ਭਾਈ ਮਨੀ ਸਿੰਘ ਜੀ ਵੇਲੇ ਵੀ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਵੀ ਮਨੀ ਸਿੰਘ ਇਸਲਾਮ ਕਬੂਲ ਕਰ। ਬੜਾ ਬਰੀਕੀ ਦੇ ਵਿੱਚ ਗੱਲ ਨੂੰ ਲਿਆ ਤੇ ਕਹਿਣ ਤੋਂ ਭਾਵ ਇੱਕ ਹੁੰਦਾ ਵੀ ਬੰਦੇ ਨੂੰ ਪਕੜਨਾ ਤੇ ਖਤਮ ਕਰ ਦੇਣਾ, ਇੱਕ ਹੁੰਦਾ ਵੀ ਇੱਕ ਦਰਵਾਜ਼ਾ ਖੋਲ ਦੇਣਾ ਵੀ ਆਹ ਤੇਰਾ ਮਿੱਤਰਾ ਬੂਹਾ ਖੁੱਲ੍ਹਾ, ਇਸ ਬੂਹੇ ਦੇ ਰਾਹੀਂ ਤੂੰ ਨਿਕਲ ਸਕਦਾ। ਪਰ ਸ਼ਹੀਦਾਂ ਨੇ ਉਸ ਬੂਹੇ ਨੂੰ ਠੁਕਰਾ ਕੇ ਸ਼ਹਾਦਤ ਵਾਲਾ ਰਾਹ ਪ੍ਰਵਾਨ ਕੀਤਾ। ਹੁਣ ਦੇਖੋ ਪ੍ਰਾਚੀਨ ਸ਼ਹੀਦਾਂ ਨੂੰ ਹਕੂਮਤ ਨੇ ਇੱਕ ਆਪਸ਼ਨ ਦਿੱਤੀ, ਪਰ ਜਿਹੜੇ ਮੌਜੂਦਾ ਸ਼ਹੀਦ ਹੋਏ ਨੇ ਨਾ ਇਹਨਾਂ ਨੂੰ ਹਕੂਮਤ ਨੇ ਇਸ ਤਰ੍ਹਾਂ ਦੀ ਮੌਕੇ ਦੇ ਉੱਪਰ ਕੋਈ ਆਪਸ਼ਨ ਵੀ ਨਹੀਂ ਸੀ ਦਿੱਤੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਨਾ ਇਹ ਥੋੜਾ ਜਿਹਾ ਅੰਤਰ ਹੈ, ਪਹਿਲੀਆਂ ਸ਼ਹਾਦਤਾਂ ਵਾਲੇ ਇੱਕ ਆਪਸ਼ਨ ਦਿੱਤੀ ਜਾਂਦੀ ਰਹੀ ਹੈ ਵੀ ਦੇਖ ਤੂੰ ਇਸਲਾਮ ਕਬੂਲ ਕਰ ਲੈ ਅਸੀਂ ਤੈਨੂੰ ਛੱਡ ਦਿੰਦੇ ਹਾਂ, ਤੈਨੂੰ ਅਹੁਦਾ ਦੇ ਦਿੰਦੇ ਹਾਂ, ਤੈਨੂੰ ਰੁਤਬਾ ਦੇ ਦਿੰਦੇ ਹਾਂ। ਮੈਂ ਕਹਿੰਦਾ ਪਹਿਲਾਂ ਇਹ ਆਪਸ਼ਨ ਦਿੱਤੀਆਂ ਹੋਣਗੀਆਂ ਪਰ ਐਨ ਸ਼ਹਾਦਤ ਵੇਲੇ ਇਸ ਤਰ੍ਹਾਂ ਦੀ ਆਪਸ਼ਨ ਕੋਈ ਨਹੀਂ ਦਿੱਤੀ ਗਈ। ਇੰਜ ਕਹਿ ਲਓ ਵੀ ਸ਼ਹੀਦ ਤੇ ਸ਼ਹੀਦ ਹੈ ਪਰ ਹਕੂਮਤ ਦੇ ਰਵੱਈਏ ਦੇ ਅੰਦਰ ਥੋੜਾ ਥੋੜਾ ਅੰਤਰ ਦਿਸਦਾ ਰਿਹਾ। ਪਰ ਜੇ ਮੈਂ ਗੱਲ ਕਰਾਂਗਾ ਭਾਈ ਗੁਰਜੰਟ ਸਿੰਘ ਜੀ ਦੀ, ਇਹ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਅਸੀਂ ਉਹ ਹਾਂ, ਬੜਾ ਧਿਆਨ ਦੇ ਕੇ ਗੱਲ ਨੂੰ ਸੁਣਿਆ ਤੇ ਅਸੀਂ ਉਹ ਹਾਂ ਜਦੋਂ ਕੋਈ ਮੰਦਿਰ ਦੇ ਦਰਵਾਜ਼ੇ ਵੀ ਲਾਹ ਕੇ ਲੈ ਕੇ ਜਾਂਦਾ ਸੀ ਤੇ ਅਸੀਂ ਮੰਦਿਰ ਦੇ ਦਰਵਾਜ਼ੇ ਵੀ ਅੰਮ੍ਰਿਤਸਰ ਵਾਪਸ ਲੈ ਕੇ ਆਏ ਸੀ। ਆ ਚੁੱਕੂਗੀ ਕਈਆਂ ਨੂੰ ਗੱਲ, ਮੈਨੂੰ ਕੋਈ ਫਰਕ ਨਹੀਂ ਇਸ ਗੱਲ ਦੇ ਵਿੱਚ ਪੈਣਾ, ਅਸੀਂ ਉਹ ਹਾਂ। ਹਕੀਕਤ ਹੈ ਜਦੋਂ ਮੰਦਿਰਾਂ ਦੇ ਦਰਵਾਜ਼ੇ ਹਕੂਮਤਾਂ ਲਾਹ ਕੇ ਲੈ ਕੇ ਜਾਂਦੀਆਂ ਸੀ ਤੇ ਅਸੀਂ ਉਹਨਾਂ ਦੇ ਮੰਦਿਰਾਂ ਦੇ ਦਰਵਾਜ਼ੇ ਵਾਪਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ ਸਾਂ ਤੇ ਅੱਜ ਸਾਡੇ ਘਰ ਦੇ ਦਰਵਾਜ਼ੇ ਥਾਣੇ ਨੂੰ ਲੱਗੇ ਹੋਣ ਤੇ ਅਸੀਂ ਜਕਾਰੇ ਕਿੱਥੋਂ ਵਜਾ ਕੇ ਵਾਪਸ ਮੁੜ ਦਈਏ? ਇਹ ਸਵਾਲ ਤੁਹਾਡੇ ਤੇ ਕਰਕੇ ਅੱਜ ਚੁੱਪ ਕਰ ਜਾਵਾਂਗਾ। ਲੱਗੀ ਸਮਝ? ਨਹੀਂ ਲੱਗੀ ਹੋਣੀ ਕਿ ਜਾਣੂ, ਜੇ ਸਮਝ ਲੱਗੀ ਹੈ ਤੇ ਗੱਲ 'ਚ ਥੋੜੀ ਗੌਰ ਕਰ ਲਿਆ ਜੇ, ਵਿਚਾਰ ਲਾਉਣਾ। ਸੋਮਨਾਥ ਮੰਦਿਰ ਦੇ ਦਰਵਾਜ਼ੇ ਹਕੂਮਤਾਂ ਲੁੱਟ ਕੇ ਲੈ ਕੇ ਜਾ ਰਹੀਆਂ ਨੇ, ਸਿੰਘਾਂ ਨੇ ਦਰਵਾਜ਼ੇ ਛਡਾਏ, ਅੱਜ ਵੀ ਸਾਡੇ ਕੋਲ ਦਰਵਾਜ਼ੇ ਮੌਜੂਦ ਨੇ ਤੇ ਹੁਣ ਹੋਵੇ ਘਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਤੇ ਦਰਵਾਜ਼ੇ ਘਰ ਦੇ ਥਾਣੇ ਨੂੰ ਲੱਗੇ ਹੋਣ ਤੇ ਮੈਂ ਇੱਥੇ ਕਹਾਂ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਤੇ ਮੈਨੂੰ ਆਪਣੇ ਆਪ ਵੱਲ ਝਾਤੀ ਮਾਰਨ ਦੀ ਜ਼ਰੂਰਤ ਹੈ? ਇੱਕ ਸਵਾਲ ਹੈ। ਮੈਂ ਕਹਿੰਦਾ ਕੋਈ ਇਹ ਵੀ ਨਾ ਕਿਹਾ ਜੇ ਵੀ ਮਖੂ ਜਜ਼ਬਾਤੀ ਹੋ ਕੇ ਗੱਲ ਕਹਿ ਕੇ ਤੁਰ ਪਿਆ, ਮੈਂ ਜਜ਼ਬਾਤੀ ਹੋ ਕੇ ਗੱਲ ਨਹੀਂ ਕਰਦਾ, ਮੈਂ ਦਿਮਾਗ ਤੋਂ ਕੰਮ ਲੈ ਕੇ ਗੱਲ ਕਰਦਾ ਪਿਆ। ਕੋਈ ਇਹ ਨਾ ਕਿਹਾ ਜੇ ਜਜ਼ਬਾਤੀ ਹੋ ਕੇ ਬੋਲ ਗਿਆ ਪੁੱਤ ਮਰਵਾਉਣਾ ਚਾਹੁੰਦਾ। ਮੈਂ ਕਹਿੰਦਾ ਜਿੱਦੇ ਤੁਸੀਂ ਧਰਨਾ ਲਾਉਣਾ ਹੋਇਆ ਸਭ ਤੋਂ ਅੱਗੇ ਆ ਕੇ ਮੈਂ ਆਪਣੀ ਛਾਤੀ ਕਰ ਦਿਆਂ, ਜਿੱਦਣ ਵੀ ਧਰਨਾ ਲਾਉਣਾ ਹੋਇਆ ਦਰਵਾਜ਼ੇ ਵਾਪਸ ਲਿਆਉਣੇ ਹੋਏ ਨਾ। ਦੇਖੋ ਸ਼ਰਮ ਦੀ ਗੱਲ ਹੈ, ਇਹ ਅਸੀਂ ਸ਼ਹਾਦਤਾਂ ਮਨਾ ਰਹੇ ਹਾਂ, ਕਿੱਡਾ ਵੱਡਾ ਇਕੱਠ ਹੈ, ਸਾਡੇ ਸਿਰ ਤੇ ਦਸਤਾਰਾਂ ਨੇ, ਜਕਾਰੇ ਗਾਏ ਜਾਂਦੇ ਨੇ, ਜਥੇਦਾਰ ਆਏ ਨੇ ਤੇ ਮੈਨੂੰ ਇੱਥੇ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਘਰ ਦੇ ਦਰਵਾਜ਼ੇ ਥਾਣੇ ਨੂੰ ਲੱਗੇ ਹੋਏ ਨੇ। ਇਹਦਾ ਮਤਲਬ ਅਸੀਂ ਮੁੱਕ ਗਏ ਹਾਂ? ਗੋਤਾ ਸਿੰਘ, ਗਰਜਾ ਸਿੰਘ ਕਿੱਥੇ ਗਏ ਉਹ ਸਾਡੇ ਵਿੱਚ ਜਜ਼ਬੇ? ਇਸ ਕਰਕੇ ਅੱਜ ਵਿਚਾਰ ਕਰਿਆ ਜੇ ਤੇ ਇਹ ਨਾ ਕਿਹਾ ਜੇ ਜਜ਼ਬਾਤੀ ਹੋ ਕੇ ਗੱਲ ਕੀਤੀ ਹੈ, ਜਿੱਦਣ ਧਰਨਾ ਲਾਉਣਾ ਹੋਇਆ ਜਿੱਦਣ ਦਰਵਾਜ਼ੇ ਵਾਪਸ ਲਿਆਉਣੇ ਹੋਏ ਮੈਨੂੰ ਦੱਸ ਦਿਆ ਜੇ, ਸਭ ਤੋਂ ਪਹਿਲਾਂ ਮੈਂ ਆ ਕੇ ਅੱਗੇ ਚੌਂਕੜਾ ਮਾਰ ਲਵਾਂਗਾ।